ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਪੁਲਿਸ ਵੱਲੋਂ ਹਾਈਐਸਟ ਲੈਵਲ 'ਤੇ ਹੋ ਰਹੀ ਹੈ। ਕਿਉਂ ਹੋ ਰਹੀ ਹੈ, ਕਿਹਦੇ ਇਸ਼ਾਰੇ 'ਤੇ ਹੋ ਰਹੀ ਹੈ, ਨਾਂ ਨਹੀਂ ਕਿਸੇ ਦਾ ਲੈਂਦਾ। ਜਿਹੜੇ ਵੀ ਕਸੂਰਵਾਰ ਹੈ, ਜਿਹੜੇ ਇਹਨਾਂ ਦੇ ਸੰਘਰਸ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ, ਅੱਜ ਸਾਰੇ ਇਲਾਕੇ ਨੂੰ ਪਤਾ ਕਿ ਸੰਗਤਾਂ 'ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਨਹੀਂ ਜਾਣਾ ਉੱਥੇ ਧਰਨੇ 'ਚ। ਬੀਤੇ ਦਿਨੀ ਪੁਲਿਸ ਹਿਰਾਸਤ ਵਿੱਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਪਿਛਲੇ ਕਈ ਦਿਨਾਂ ਤੋਂ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ SSP ਫਰੀਦਕੋਟ ਦੇ ਦਫ਼ਤਰ ਬਾਹਰ ਧਰਨਾ ਲਗਾਇਆ ਹੋਇਆ। ਇਸ ਮਾਮਲੇ ਦੇ ਵਿੱਚ ਹੁਣ ਤੱਕ ਰਾਜਨੀਤਿਕ ਪਾਰਟੀਆਂ ਦੇ ਆਗੂ ਚੁੱਪ ਸਨ, ਪਰ ਜਿਵੇਂ ਹੀ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਸਾਹਮਣੇ ਆਏ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਕਰਦਾ ਦਿਖਾਈ ਦੇ ਰਿਹਾ। ਜਿਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਪਰਮਬੰਸ ਸਿੰਘ ਬੰਟੀ ਰਮਾਣਾ ਅਤੇ ਮਨਤਾਰ ਸਿੰਘ ਬਰਾੜ ਫਰੀਦਕੋਟ ਦੀ ਸਮੁੱਚੀ ਲੀਡਰਸ਼ਿਪ ਨਾਲ ਧਰਨੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬਹੁਤ ਬਹੁਤ ਹੀ ਦੁੱਖ ਦੀ ਘੜੀ ਹੈ। ਸਾਡਾ ਇਲਾਕੇ ਦਾ ਸਾਡਾ ਬੜਾ ਸੋਹਣਾ ਗੱਭਰੂ ਨੌਜਵਾਨ ਜਸਪਾਲ, ਉਹਦਾ ਪਤਾ ਹੀ ਨਹੀਂ ਲੱਗ ਰਿਹਾ, ਕੁਛ ਪੁਲਿਸ ਚੱਕ ਕੇ ਲਿਆਈ ਹੈ ਅਤੇ ਉਸ ਤੋਂ ਬਾਅਦ ਪਰਿਵਾਰ ਨੂੰ ਉਸ ਬੱਚੇ ਦੇ ਦਰਸ਼ਨ ਹੀ ਨਹੀਂ ਹੋਏ ਅਤੇ ਇਹ ਹੀ ਨਹੀਂ ਪਤਾ ਵੀ ਕੀਤਾ ਕੀ ਹੋਇਆ ਕੀ ਨਹੀਂ ਹੋਇਆ। ਸੋ ਪਰਿਵਾਰ ਇੱਥੇ ਸਾਰਾ ਸਾਡੇ ਇਲਾਕੇ ਦਾ, ਸੰਗਰਾਹੂਰ ਪਿੰਡ ਦੇ ਹੈ, ਉਹਦੇ ਨਾਨਾ ਜੀ ਬੈਠੇ ਆ, ਉਹਦੇ ਪਿਤਾ ਜੀ ਬੈਠੇ ਆ, ਸਾਰੇ ਬੈਠੇ ਆ। ਬੜੀ ਦੁੱਖ ਦੀ ਘੜੀ ਹੈ। ਅਸੀਂ ਇਲਾਕੇ ਇੱਕੋ ਇਲਾਕੇ ਦੇ ਹੋਣ ਦੇ ਨਾਤੇ, ਇਨਸਾਨੀਅਤ ਦੇ ਨਾਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਖੜ੍ਹੇ ਹਾਂ। ਮੈਂ ਹੁਣ ਇਹ ਗੱਲ ਇਹੀ ਵੀ ਕਰ ਰਿਹਾ ਸੀ, ਪਰਿਵਾਰ ਵੀ ਮੈਨੂੰ ਕਹਿ ਰਿਹਾ ਸੀ, ਕਿਉਂਕਿ ਮੇਰੇ ਘਰ ਆਪਦੇ ਅਸੀਂ ਇੱਕ ਬੜੀ ਟ੍ਰੈਜਡੀ 'ਚੋਂ ਗੁਜ਼ਰ ਰਹੇ ਹਾਂ। ਸੋ ਮੈਂ ਮਹਿਸੂਸ ਕਰ ਸਕਦਾ ਕਿ ਪਰਿਵਾਰ ਕਿਸ ਹਾਲਾਤਾਂ ਵਿੱਚ ਦੀ ਗੁਜ਼ਰ ਰਿਹਾ ਹੋਊਗਾ। ਜਿਨ੍ਹਾਂ ਦਾ ਜਵਾਨ ਪੁੱਤ ਪੁਲਿਸ ਚੱਕ ਲਏ, ਇਹ 80ਆਂ ਦੇ ਦਹਾਕੇ 'ਚ ਤਾਂ ਸੁਣਿਆ ਜਾਂਦਾ ਸੀ ਕਿ ਪੁਲਿਸ ਲੋਕਾਂ ਦੇ ਜਵਾਨ ਪੁੱਤ ਚੱਕ ਕੇ ਲੈ ਜਾਂਦੀ ਸੀ ਅਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਸੀ ਉਹਨਾਂ ਦਾ, ਅਤੇ ਪਰਿਵਾਰ ਨੂੰ ਨਾ ਤਾਂ ਉਹਦੀ ਲਾਸ਼ ਮਿਲਦੀ ਸੀ, ਨਾ ਜਿਉਂਦਾ ਲੱਭਦਾ ਸੀ, ਅਤੇ ਪਰਿਵਾਰ ਅੱਜ ਤੱਕ ਉਹ ਵਿਲਕਰੇ। ਉਸੇ ਤਰੀਕੇ ਨਾਲ ਅੱਜ ਇਹ ਹਾਲਾਤ ਦੁਬਾਰਾ ਬਣੇ ਹੈ। ਬੜੀ ਚਿੰਤਾ ਦੀ ਵੀ ਗੱਲ ਹੈ, ਬੜੀ ਦੁੱਖ ਦੀ ਘੜੀ ਵੀ ਹੈ। ਸੋ ਮੈਂ ਚਾਹੇ ਆਪਦੇ ਘਰ ਮੇਰੇ ਇਹੀ ਟ੍ਰੈਜਡੀ ਹੋਈ ਹੈ, ਪਰ ਮੈਂ ਮਹਿਸੂਸ ਕੀਤਾ ਕਿਉਂਕਿ ਆਪ ਉਸ ਦੌਰ ਵਿੱਚ ਦੀ ਗੁਜ਼ਰ ਰਹੇ ਸੀ ਕਿ ਪਰਿਵਾਰ ਨਾਲ ਆ ਕੇ, ਤਾਂ ਹੀ ਮੈਂ ਦਿਨ ਦੇ ਟਾਈਮ ਧਰਨੇ ਵੇਲੇ ਨਹੀਂ ਆਇਆ, ਇਸ ਵੇਲੇ ਸਿਰਫ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਅਤੇ ਇਹ ਵਿਸ਼ਵਾਸ ਵੀ ਪਰਿਵਾਰ ਨੂੰ ਦਵਾਇਆ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਆਪਦੇ ਆਪ ਨੂੰ ਕਦੇ ਇਕੱਲਾ ਨਾ ਸਮਝਣ। ਗੁਰੂ ਅੰਗ ਸੰਗ ਸਹਾਈ ਹੋਊਗਾ, ਜਿੱਥੇ ਗੁਰੂ ਧੱਕਾ ਹੁੰਦਾ ਦੇਖਦਾ ਉੱਥੇ ਗੁਰੂ ਆਪ ਆ ਕੇ ਸਹਾਈ ਹੁੰਦਾ, ਅਤੇ ਅਸੀਂ ਵੀ ਇੱਕ ਸੰਗਤ ਦਾ ਹਿੱਸਾ ਹੋਣ ਦੇ ਨਾਤੇ ਮੈਂ ਪਰਿਵਾਰ ਨੂੰ ਵਿਸ਼ਵਾਸ ਦਵਾਇਆ, ਜਿੱਥੇ ਕਿਤੇ ਮੈਨੂੰ ਬੋਲ ਮਾਰਨਗੇ ਮੈਂ 24 ਘੰਟੇ ਇਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨਾਲ ਹਾਜ਼ਰ ਹਾਂ। ਇਸ ਮੌਕੇ ਅਕਾਲੀ ਦਲ ਦੇ ਮੁੱਖ ਬੁਲਾਰੇ ਬੰਟੀ ਰਮਾਣਾ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਨੇ ਅਤੇ ਬੇਹੱਦ ਦੁੱਖ ਜ਼ਾਹਿਰ ਕਰਦੇ ਨੇ ਕਿ ਇਹ ਘਟਨਾ ਨੇ ਹਰ ਹਿਰਦਾ ਵਲੂੰਦਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਪਰਿਵਾਰ ਨੂੰ ਇਸ ਮਾਮਲੇ 'ਚ ਇਨਸਾਫ਼ ਲੈ ਕੇ ਦੇਣਗੇ। ਸਰ 7 ਦਿਨ ਹੋ ਗਏ ਬੈਠਿਆਂ ਨੂੰ, ਹਜੇ ਤੱਕ ਇਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਕਿੱਥੇ ਕਮੀ ਹੈ ਜੀ, ਕੀ ਤੁਹਾਡਾ ਮੰਨਣਾ? ਦੇਖੋ, ਕਮੀਆਂ ਤਾਂ ਹਰ ਪਾਸੇ ਹੈ, ਪਰ ਅੱਜ ਆਪਾਂ ਬੜੀ ਦੁੱਖ ਦੀ ਘੜੀ 'ਚ ਹੈਗੇ ਹਾਂ। ਸਾਰੇ ਪਰਿਵਾਰ ਵੀ ਗੱਲ ਕਰ ਰਿਹਾ ਹੈ, ਜ਼ਿੰਮੇਵਾਰ ਕੌਣ ਹੈ ਜੀ? ਰਾਤ ਨੂੰ 11 ਵਜੇ ਪੁਲਿਸ ਇੱਕ ਨੌਜਵਾਨ ਨੂੰ ਚੱਕ ਲਿਆਉਂਦੀ ਹੈ, ਚੱਕ ਕੇ ਲਿਆਉਂਦੀ ਹੈ। ਅਗਲੇ ਦਿਨ ਪਰਿਵਾਰ CIA ਸਟਾਫ SHO ਕੋਲ ਆਉਂਦਾ, CIA ਇੰਚਾਰਜ ਕੋਲ ਆਉਂਦਾ, ਉਹ ਕਹਿ ਦਿੰਦਾ ਕਿ ਤੁਹਾਡਾ ਬੇਟਾ ਕੋਈ ਲੈ ਗਿਆ, ਅਸੀਂ ਛੱਡਤਾ। SSP ਨੂੰ ਮਿਲਦੇ ਹੈ। ਉਦੋਂ ਤੱਕ ਜੋ ਹੋਣਾ ਸੀ, ਮਾੜੀ ਘਟਨਾ ਜਿੱਥੋਂ ਤੱਕ ਦਿਲ ਡਰਦਾ, ਉਹ ਹੋ ਚੁੱਕੀ ਸੀ, ਅਤੇ SSP ਵੀ ਇਹਨਾਂ ਨੂੰ ਸਹੀ ਰਾਹ ਨਹੀਂ ਪਾਉਂਦਾ, ਅਤੇ ਇਹ ਕਹਿੰਦਾ ਕਿ ਪਤਾ ਨਹੀਂ ਜੀ ਮੁੰਡਾ ਲੈ ਗਿਆ ਹੋਣਾ, ਜਦੋਂ ਕਿ ਇਹਨਾਂ ਨੇ ਦੱਸਿਆ ਵੀ ਉਹਦੇ ਨਾਲ ਦੇ ਆ ਸਾਥੀ ਹੈ, ਸ਼ਾਇਦ ਪਤਾ ਕਰ ਲਓ ਉਹਨਾਂ ਤੋਂ ਮਿਲ ਜਾਵੇ। ਇਹ ਸਾਰੀ ਘਟਨਾ ਨੂੰ ਜਾਣਦੇ ਹੋਣ ਦੇ ਬਾਵਜੂਦ SSP ਉਹ ਜਿਨ੍ਹਾਂ ਦੇ ਨਾਂ ਇਹਨਾਂ ਨੇ ਲਿੱਤੇ ਉਹਨਾਂ 'ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਚੱਕ ਲਿਆਉਂਦੇ ਆ। ਸੋ ਇਹ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਪੁਲਿਸ ਵੱਲੋਂ ਹਾਈਐਸਟ ਲੈਵਲ 'ਤੇ ਹੋ ਰਹੀ ਹੈ। ਕਿਉਂ ਹੋ ਰਹੀ ਹੈ,
ਕਿਹਦੇ ਇਸ਼ਾਰੇ 'ਤੇ ਹੋ ਰਹੀ ਹੈ। ਮੈਂ ਇਹਦੇ 'ਚ ਸਿਆਸਤ 'ਚ ਨਹੀਂ ਪੈਣਾ ਚਾਹੁੰਦਾ, ਪਰ ਅੱਜ ਇਲਾਕੇ ਦੇ ਲੋਕ, ਸ਼ਹਿਰ ਦੇ ਲੋਕ ਕਈ ਨਾਂ ਲੈ ਰਹੇ ਹੈ। ਸੋ ਉਹ ਸਾਰੇ ਪਾਸੇ ਤੋਂ ਜਿਵੇਂ ਆਪਾਂ ਕਹਿ ਦਈਏ ਕਲੈਰਿਟੀ ਲਿਆਉਣ ਦੇ ਵਾਸਤੇ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਨਿਰਪੱਖ ਏਜੰਸੀ 'ਚੋਂ ਹੋਣੀ ਚਾਹੀਦੀ ਹੈ। ਕਿਉਂਕਿ ਜੇ SSP ਕਿਸੇ ਚੀਜ਼ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਤਾਂ ਬੜੇ ਵੱਡੇ ਪੱਧਰ 'ਤੇ ਕੁਛ ਨਾ ਕੁਛ ਹੋਇਆ। ਸੋ ਇਹਦੀ ਜਾਂਚ ਹੋਵੇ, ਨਿਰਪੱਖ ਹੋਵੇ, ਬੱਚੇ ਦਾ ਪਤਾ ਲੱਗੇ। ਪਰਿਵਾਰ ਤਾਂ ਇਹੀ ਕਹਿ ਰਿਹਾ ਵੀ ਜੇ ਸਾਡੇ ਬੱਚੇ ਨੂੰ ਕੁਛ ਕਰਤਾ ਹੈ ਤਾਂ ਸਾਨੂੰ ਉਹ ਬੱਚੇ ਦੀ ਬੋਡੀ ਤਾਂ ਦੇ ਦਿਓ। ਕੋਈ ਇਹ ਇੱਦੂ ਵੱਡੀ ਕਿਸੇ ਨਾਲ ਧੱਕਾ ਹੋ ਸਕਦਾ ਕਿ ਕਿਸੇ ਦਾ ਜਵਾਨ ਧੀ ਪੁੱਤ ਚਲੇ ਜਾਵੇ ਅਤੇ ਉਹਦੀ ਬੋਡੀ ਵੀ ਉਹਨੂੰ ਨਾ ਉਹਨਾਂ ਨੂੰ ਨਾ ਮਿਲੇ ਪਰਿਵਾਰ ਨੂੰ। ਸੋ ਇਹਦੀ ਨਿਰਪੱਖ ਜਾਂਚ ਹੋਵੇ ਜੀ। ਬੰਟੀ ਰਮਾਣਾ ਨੇ ਵੀ ਇਲਜ਼ਾਮ ਲਗਾਏ ਕਿ ਜਿਹੜੇ ਲੋਕ ਇਸ ਧਰਨੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਕਾਂਗਰਸ ਵੱਲੋਂ ਰੋਕਿਆ ਜਾ ਰਿਹਾ ਅਤੇ ਧਰਨੇ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ। ਕਿਉਂ ਹੋਇਆ, ਕਿਹਦੇ ਇਸ਼ਾਰੇ 'ਤੇ ਹੋਇਆ, ਇਹਦਾ ਵੀ ਜ਼ਰੂਰ ਪਤਾ ਲੱਗਣਾ ਚਾਹੀਦਾ। ਅਤੇ ਜਿਹੜੇ ਕਸੂਰਵਾਰ ਹੈ, ਮੈਂ ਨਾਂ ਨਹੀਂ ਕਿਸੇ ਦਾ ਲੈਂਦਾ, ਜਿਹੜੇ ਵੀ ਕਸੂਰਵਾਰ ਹੈ, ਜਿਹੜੇ ਇਹਨਾਂ ਦੇ ਸੰਘਰਸ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਅੱਜ ਸਾਰੇ ਇਲਾਕੇ ਨੂੰ ਪਤਾ ਹੈ ਕਿ ਸੰਗਤਾਂ 'ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਨਹੀਂ ਜਾਣਾ ਉੱਥੇ ਧਰਨੇ 'ਚ। ਕਿਉਂ ਕੀਤਾ ਜਾ ਰਿਹਾ? ਇਹ ਸਾਰੀਆਂ ਗੱਲਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ। ਅਤੇ ਮੈਂ ਫਿਰ ਇੱਕ ਵਾਰੀ ਦੁਹਰਾਉਣਾ, ਚਾਹੇ ਮੇਰੇ ਆਪਦੇ ਪਰਿਵਾਰ 'ਚ ਬੜੀ ਮਾੜੀ ਘਟਨਾ ਹੋਈ ਹੈ, ਮੇਰਾ ਮਨ ਆਪਦਾ ਇਸ ਗੱਲ 'ਤੇ, ਕਿਉਂਕਿ ਮੈਂ ਉਸ ਦੌਰ 'ਚੋਂ ਗੁਜ਼ਰ ਰਿਹਾ, ਮੈਂ ਪਰਿਵਾਰ ਦਾ ਦੁੱਖ ਦਰਦ ਸਮਝ ਸਕਦਾ। ਮੈਂ ਹਮੇਸ਼ਾ ਆਪਦੇ ਵੱਲੋਂ, ਪਾਰਟੀ ਵੱਲੋਂ ਵੀ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਦੁੱਖ ਦੇ ਵਿੱਚ ਅਤੇ ਇਸ ਸੰਘਰਸ਼ ਦੇ ਵਿੱਚ ਇਹਨਾਂ ਦਾ ਸਾਥ ਦਿਓ। ਇਸ ਤੋਂ ਇਲਾਵਾ ਪੱਤਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਬੰਟੀ ਰਮਾਣਾ ਨੂੰ ਵੀ ਕੀਤੇ ਗਏ, ਜਿਨ੍ਹਾਂ ਦੇ ਜਵਾਬ ਕੁਝ ਇਸ ਤਰ੍ਹਾਂ ਮਿਲੇ। ਸਰ, ਕਿਤੇ ਨਾ ਕਿਤੇ ਉਂਗਲ ਉੱਠ ਰਹੀ ਹੈ ਜਿਹੜਾ ਇੰਸਪੈਕਟਰ ਹੈ, ਹਾਂਜੀ, ਉਹਦੇ ਵੀ ਇਹ ਕਿਹਾ ਜਾ ਰਿਹਾ ਵੀ ਹੋ ਸਕਦਾ ਉਹਨੇ ਖੁਦਕੁਸ਼ੀ ਨਹੀਂ ਕੀਤੀ ਗੀ, ਤੁਹਾਡੇ ਵੱਲੋਂ ਇਹਦਾ ਕੀ ਮੰਨਣਾ? ਦੇਖੋ, ਮੈਂ ਤਾਂ ਹੀ ਕਹਿ ਰਿਹਾ ਜੀ, ਹਰ ਚੀਜ਼ ਦੀ ਕਲੈਰਿਟੀ ਲਿਆਉਣ ਵਾਸਤੇ ਵੀ ਇਹ ਕਿਉਂ ਹੋਇਆ ਜੀ, ਚੱਕਿਆ ਕਿਉਂ ਗਿਆ 11 ਵਜੇ, ਇਲੈਕਸ਼ਨ ਤੋਂ ਇੱਕ ਰਾਤ ਪਹਿਲਾਂ, ਕੋਈ ਐਡਾ ਵੱਡਾ ਜ਼ੁਲਮ ਨਹੀਂ, ਮੁੰਡਾ ਚੱਕਿਆ ਜਾਂਦਾ ਹੈ, ਮੁੰਡੇ ਦੀ ਪੁਲਿਸ ਕਵਰ ਅਪ ਕਰਦੀ ਹੈ ਕਿ ਮੁੰਡੇ ਨੂੰ ਕੋਈ ਲੈ ਗਿਆ, ਹਾਲਾਤ ਕੁਛ ਹੋਰ ਬਣੇ ਹੈ, ਫਿਰ ਕਹਿ ਦਿੰਦੇ ਕਿ ਸੁਈਸਾਈਡ ਹੋ ਗਈ ਹੈ, ਉਹਦੀ ਬੋਡੀ ਨਹੀਂ ਮਿਲ ਰਹੀ। ਮੈਂ ਤਾਂ ਹੀ ਕਹਿ ਰਿਹਾ ਜੀ, ਫਿਰ ਹੁਣ ਇਹ ਵੀ ਜਿਵੇਂ ਤੁਸੀਂ ਕਿਹਾ ਇਲਾਕੇ 'ਚ ਚਰਚਾ ਹੈ ਕਿ ਸ਼ਾਇਦ ਇੰਸਪੈਕਟਰ ਸਾਹਿਬ ਦੀ ਵੀ ਡੈਥ ਸੁਈਸਾਈਡ ਨਾਲ ਨਹੀਂ ਹੋਈ, ਮੈਂ ਤਾਂ ਹੀ ਕਹਿ ਰਿਹਾ, ਮੈਂ ਕਿਸੇ ਵੱਲ ਇਸ ਇਸ਼ੂ ਦੇ ਵਿੱਚ ਉਂਗਲ ਨਹੀਂ ਚੱਕਦਾ, ਫਿੰਗਰਸ ਨਹੀਂ ਪੁਆਇੰਟ ਕਰਦਾ। ਮੈਂ ਸਿਰਫ ਇਹ ਚਾਹੁੰਦਾ ਹੈ ਕਿ ਪਰਿਵਾਰ ਦੀ ਵੀ ਮਨ ਦੀ ਤਸੱਲੀ ਹੋਵੇ, ਨਿਰਪੱਖ ਜਾਂਚ ਹੋਵੇ, ਕਿਉਂ ਹੋਇਆ, ਕਿਹਦੇ ਇਸ਼ਾਰੇ 'ਤੇ ਹੋਇਆ, ਇਹ ਗੱਲ ਜ਼ਰੂਰ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ। ਇੱਕ ਸਵਾਲ ਬੜਾ ਖੜਾ ਹੁੰਦਾ ਕਿ ਜਿੱਥੇ ਪੁਲਿਸ ਨੋਰਮਲ ਕੰਪਲੇਂਟ ਦਿੰਦੀ ਜਾਂਦੀ, ਵੱਡੇ ਹਾਦਸੇ ਹੋ ਜਾਂਦੇ ਆ, ਇਸ ਮਾਮਲੇ 'ਚ ਵਿਦਾਊਟ ਪੋਲੀਟੀਕਲ ਪ੍ਰੈਸ਼ਰ ਤੁਹਾਨੂੰ ਲੱਗਦਾ ਕਿ ਪੁਲਿਸ ਨਾ ਗਈ ਹੋਊਗੀ? ਦੇਖੋ, ਮੈਂ ਕਿਸੇ ਦਾ, ਜੋ CCTV ਫੁਟੇਜ ਆਈ, ਮੈਂ ਤਾਂ ਹੀ ਕਹਿ ਰਿਹਾ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਤੁਸੀਂ ਸਵਾਲ ਮੈਨੂੰ ਪੁੱਛ ਰਹੇ ਹੋ, ਤੁਹਾਡੇ ਸਵਾਲ 'ਚ ਹੀ ਜਵਾਬ ਹੈ। ਤੁਸੀਂ ਮੈਨੂੰ ਕਿਹਾ ਕਿ ਅੱਜ ਕੱਲ੍ਹ ਨੋਰਮਲ ਘਟਨਾ 'ਚ ਪੁਲਿਸ ਐਂ ਨਹੀਂ ਕਰਦੀ, ਅਤੇ ਤੁਹਾਨੂੰ ਲੱਗਦਾ ਕਿ ਪੁਲਿਸ ਬਿਨਾਂ ਪੋਲੀਟੀਕਲ ਪ੍ਰੈਸ਼ਰ ਤੋਂ ਗਈ ਹੋਊਗੀ? ਸੋ ਤੁਹਾਡਾ ਸਵਾਲ ਹੀ ਆਪ ਇੱਕ ਜਵਾਬ ਹੈ। ਮੈਂ ਦੁਬਾਰਾ ਇਹ ਕਹਿੰਦਾ ਕਿ ਮੈਂ ਕਿਸੇ 'ਤੇ ਉਂਗਲ ਨਹੀਂ ਚੱਕਦਾ, ਪਰ ਇਲੈਕਸ਼ਨ ਤੋਂ ਇੱਕ ਰਾਤ ਪਹਿਲਾਂ ਜਦੋਂ ਪੁਲਿਸ ਦੀ ਇੰਨੀ ਸਖਤ ਡਿਊਟੀ ਹੋਵੇ, ਪੋਲਿੰਗ ਬੂਥਸ, ਪੋਲਿੰਗ ਸਟਾਫ, ਲਾਅ ਐਂਡ ਆਰਡਰ ਮੇਨਟੇਨ ਕਰਨ 'ਤੇ, ਇੱਕ ਕਿੱਡੀ ਨਿੱਕੀ ਜਿਹੀ ਕੰਪਲੇਂਟ 'ਤੇ ਜਾ ਕੇ ਪੁਲਿਸ ਇੱਕ ਬੱਚੇ ਨੂੰ ਰਾਤ ਨੂੰ 11 ਵਜੇ ਚੱਕ ਕੇ ਲਿਆਉਂਦੀ ਹੈ, ਅਤੇ ਅਗਲੇ ਦਿਨ ਉਸ ਬੱਚੇ ਦੀ ਜਦੋਂ ਸੁਈਸਾਈਡ ਪੁਲਿਸ ਨੇ ਬਾਅਦ 'ਚ ਦੱਸੀ ਕਿ ਸੁਈਸਾਈਡ ਹੋ ਗਈ, ਉਸ ਪਰਿਵਾਰ ਨੂੰ ਉਦੋਂ ਇਸ ਗੱਲ ਤੋਂ ਵੀ ਪਰਦਾ ਰੱਖਿਆ ਜਾਂਦਾ ਅਤੇ ਇਹ ਕਹਿ ਦਿੱਤਾ ਜਾਂਦਾ ਕਿ ਬੱਚਾ ਤਾਂ ਅਸੀਂ ਛੱਡਤਾ। ਸੋ ਕਈ ਕੁਛ ਹੈ ਜੀ ਇਹਦੇ ਵਿੱਚ, ਪਰ ਮੈਂ ਫਿਰ ਇਹ ਕਹਿੰਦਾ ਕਿ ਇਹਦੀ ਨਿਰਪੱਖ ਜਾਂਚ ਹੋਵੇ, ਨਿਰਪੱਖ ਏਜੰਸੀ ਜਾਂਚ ਕਰੇ, ਜਿਹੜੇ ਰਿਸਪੋਂਸੀਬਲ ਆਫੀਸਰਸ ਹੈ, ਜਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੋਲੀਟੀਕਲ ਪ੍ਰੈਸ਼ਰ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ, ਆਈਡੈਂਟੀਫਾਈ ਹੋਣ ਬੰਦੇ ਕਿਹਨੇ ਕੀ ਕਿਉਂ ਕੀਤਾ, ਕਿਹਦੇ ਇਸ਼ਾਰੇ 'ਤੇ ਕੀਤਾ। ਇਹ ਸੰਘਰਸ਼ ਇਹ ਖਤਮ ਹੋਣ ਵਾਲਾ ਨਹੀਂ। ਮੈਂ ਇੱਕ ਗੱਲ ਦੱਸਦਾ ਤੁਹਾਨੂੰ ਕਿ ਸਾਰੀ ਇਲਾਕੇ ਦੀ ਸੰਗਤ ਸਾਡੀ ਇਸ ਪਰਿਵਾਰ ਦੇ ਨਾਲ ਹੈ। ਇਸ ਸੰਘਰਸ਼ ਦੇ ਵਿੱਚ ਚਾਹੇ ਲਹੂ ਡੋਲਣਾ ਪਵੇ ਸਾਰਿਆਂ ਨੂੰ, ਪਰ ਇਸ ਸੰਘਰਸ਼ ਦੇ ਵਿੱਚ ਸਾਥ ਦੇ ਕੇ ਤਹਿ ਤੱਕ ਜਾਵਾਂਗੇ, ਇੱਕ ਇੱਕ ਚੀਜ਼ ਕੱਢਾਂਗੇ ਇਹਦੇ ਵਿੱਚ। ਕਿਉਂਕਿ ਇਹ ਜੇ ਦੌਰ ਚੱਲ ਪਿਆ ਅਤੇ 80ਆਂ ਵਾਲਾ ਦੌਰ ਦੁਬਾਰਾ, ਜਦੋਂ ਘਰ ਘਰ 'ਚੋਂ ਬੱਚੇ ਚੱਕ ਕੇ ਮਾਰੇ ਜਾਂਦੇ ਸੀ, ਉਹ ਕੰਮ ਦੁਬਾਰਾ ਨਹੀਂ ਪੰਜਾਬ ਦੇ ਵਿੱਚ ਚੱਲਣਾ ਚਾਹੀਦਾ। ਅਤੇ ਇਹ ਸ਼ੁਰੂਆਤ ਹੈ, ਜੇ ਇੱਥੇ ਦੱਬਤਾ ਇਹਨੂੰ ਤਾਂ ਦੱਬਿਆ ਜਾਊਗਾ, ਨਹੀਂ ਤਾਂ ਇਹ ਪੁਲਿਸ ਨੇ ਦੁਬਾਰਾ ਇਹ ਕੰਮ ਚਲਾ ਦੇਣਾ। ਅਤੇ ਇਹਦੇ ਵਿੱਚ ਮੈਂ ਦੁਬਾਰਾ ਕਹਿੰਦਾ ਜੀ ਇੱਕ ਗੱਲ,
ਕਿ ਇਹ ਇੰਸਪੈਕਟਰ ਨੇ ਕਰਤਾ ਅਤੇ ਐਸ ਐਸ ਪੀ ਨੇ ਪੜਦਾ ਕਿਉਂ ਪਾਇਆ ਗੱਲ 'ਤੇ। ਸੋ ਇਹ ਬਹੁਤ ਵੱਡੇ ਲੈਵਲ 'ਤੇ ਕੁਛ ਨਾ ਕੁਛ ਹੋਇਆ, ਇਹਦੇ ਜ਼ਰੂਰ ਧਿਆਨ ਰੱਖਣਾ ਚਾਹੀਦਾ। ਮਾਮਲਾ ਕੋਈ ਤਾਜ਼ਾ ਨਹੀਂ ਹੈ, ਮਾਮਲਾ ਕਈ ਦਿਨ ਪੁਰਾਣਾ ਹੈ ਅਤੇ ਜਦੋਂ ਹੁਣ ਇਹ ਮਾਮਲਾ ਹਰ ਕਿਸੇ ਨੂੰ ਪਤਾ ਲੱਗਣ ਲੱਗਾ ਤਾਂ ਇੱਥੇ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ। ਰਾਜਨੀਤਿਕ ਪਾਰਟੀਆਂ ਦੇ ਆਗੂ ਆਉਣੇ ਸ਼ੁਰੂ ਹੋ ਗਏ ਨੇ, ਉਹ ਭਾਵੇਂ ਵਿਰੋਧੀ ਹੀ ਕਿਉਂ ਨਾ ਹੋਣ। ਇੱਕ ਪਾਸੇ ਜਿੱਥੇ ਕਾਂਗਰਸ ਦੇ ਵਿਧਾਇਕ ਆਪਣੇ ਘਰ ਹੀ ਪੱਤਰਕਾਰਾਂ ਨੂੰ ਬੁਲਾ ਕੇ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਕਹਿਣ 'ਤੇ ਕਾਰਵਾਈ ਹੋ ਰਹੀ ਹੈ, ਤਾਂ ਉੱਥੇ ਦੂਜੇ ਪਾਸੇ ਵਿਰੋਧੀਆਂ ਨੇ ਹੁਣ ਕਾਂਗਰਸੀ ਵਿਧਾਇਕ ਦੇ ਇਸ ਬਿਆਨ ਦਾ ਜਵਾਬ ਦੇਣ ਲਈ ਧਰਨੇ ਵਿੱਚ ਪਹੁੰਚਣਾ ਸ਼ੁਰੂ ਕੀਤਾ ਅਤੇ ਉੱਥੇ ਜਾ ਕੇ ਕਾਂਗਰਸੀ ਵਿਧਾਇਕ ਨੂੰ ਜਵਾਬ ਦਿੱਤਾ ਜਾ ਰਿਹਾ। ਖੈਰ, ਇਸ ਮਾਮਲੇ ਦੇ ਉੱਤੇ ਕਦੋਂ ਤੱਕ ਰਾਜਨੀਤੀ ਹੁੰਦੀ ਹੈ ਇਹ ਵੇਖਣ ਵਾਲੀ ਗੱਲ ਰਹੇਗੀ, ਪਰ ਜੋ ਵੀ ਰਾਜਨੀਤੀ ਹੋ ਰਹੀ ਹੈ ਉਹ ਅੱਤ ਨਿੰਦਣਯੋਗ ਹੈ, ਕਿਉਂਕਿ ਮਾਮਲਾ ਇੱਕ ਨੌਜਵਾਨ ਦੀ ਮੌਤ ਹੈ ਅਤੇ ਲਾਸ਼ਾਂ ਦੀ ਸਿਆਸਤ ਹਮੇਸ਼ਾ ਪੰਜਾਬ ਦੇ ਨਾਲ ਨਾਲ ਦੇਸ਼ ਵਿੱਚ ਹੁੰਦੀ ਆਈ ਹੈ, ਜਿਸ ਕਰਕੇ ਸਾਡੇ ਦੇਸ਼ ਦਾ ਪੇੜਾ ਵੀ ਗਰਕਿਆ ਹੋਇਆ। ਫਰੀਦਕੋਟ ਤੋਂ ਜਗਤਾਰ ਦੁਸਾਂਝ, ਪੰਜਾਬੀ ਲੋਕ ਚੈਨਲ।